ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਇੱਕ ਕਿਤਾਬ ਲਿਖੀ ਸੀ ਗੁਰੂ ਚਿੰਤਨ। ਉਸ ਵਿੱਚ ਬਹੁਤ ਸਾਰੇ ਵਿਸ਼ਿਆਂ ਤੇ ਛੋਟੇ ਛੋਟੇ ਲੇਖ ਸਨ। ਉਹਨਾਂ ਵਿੱਚ ਇੱਕ ਛੋਟਾ ਜਿਹਾ ਲੇਖ ਮੈਂ ਆਪ ਸਭ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਜਿਸ ਦਾ ਸਿਰਲੇਖ ਹੈ ਸਤਯੁਗ ਅਤੇ ਕਲਯੁਗ। ਇਸ ਵਿੱਚ ਗਿਆਨੀ ਜੀ ਸਮਝਾਉਂਦੇ ਹਨ ਕਿ ਯੁੱਗ ਕਿਸੇ ਖਾਸ ਸਮੇਂ ਨੂੰ ਨਹੀਂ ਕਹਿੰਦੇ, ਯੁੱਗ ਬਾਹਰ ਨਹੀਂ ਬਲਕਿ ਯੁੱਗ ਮਨੁੱਖੀ ਜੀਵਨ ਦੀ ਬੁਨਿਆਦ ਤੇ ਖੜੇ ਹਨ। ਮਨੁੱਖ ਬਦਲੇ ਤਾਂ ਹੀ ਯੁੱਗ ਬਦਲਦਾ, ਵਰਨਾ ਨਹੀਂ। ਇਹ ਜੋ ਸੂਰਜ, ਚੰਨ, ਤਾਰੇ, ਜ਼ਮੀਨ, ਹਵਾ, ਪਾਣੀ, ਇਹ ਤਾਂ ਉਹ ਹੀ ਰਹਿੰਦੇ ਨੇ। ਇਹ ਹਜ਼ਾਰਾਂ ਸਾਲ ਪਹਿਲਾਂ ਵੀ ਇੱਥੇ ਸਨ ਅਤੇ ਹੁਣ ਵੀ ਹਨ, ਪਰ ਮਨੁੱਖ ਦੇ ਬਦਲਣ ਨਾਲ ਹੀ ਯੁੱਗ ਬਦਲ ਜਾਂਦਾ ਹੈ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸੋ ਪੌਣ ਝੁਲਾਰੇ, ਯੁੱਗ ਜੀਵ ਖੇਲੇ ਥਾਵ ਕੈਸੇ। ਜਿਸ ਸਤਯੁਗ ਦਾ ਜ਼ਿਕਰ ਧਰਮ ਗ੍ਰੰਥਾਂ ਅੰਦਰ ਹੈ, ਉਸ ਸਤਯੁਗ ਵਿੱਚ ਹੀ ਹਿਰਨਾਕਸ਼ ਜੈਸਾ ਦੁਸ਼ਟ ਪੈਦਾ ਹੋ ਜਾਂਦਾ ਹੈ। ਜਿਸ ਮਾਹੌਲ ਵਿੱਚ ਅਸੀਂ ਜੀ ਰਹੇ ਹਾਂ, ਉਸ ਨੂੰ ਕਲਯੁਗ ਕਹਿੰਦੇ ਹਨ, ਪਰ ਮਨੁੱਖ ਦੀ ਮੰਗ ਸਤਯੁਗ ਹੈ। ਸਤਯੁਗ ਲਈ ਆਤਮਾ ਅਨੰਤ ਕਾਲ ਤੋਂ ਤੜਪ ਰਹੀ ਹੈ। ਸਨਾਤਨ ਰਿਸ਼ੀ ਨੇ ਆਸ਼ਰਮ ਬਣਾ ਉਸ ਵਿੱਚ ਸਤ ਦੀ ਸਿੱਖਿਆ ਦੇ ਸਤਯੁਗ ਨੂੰ ਜਨਮ ਦੇਣ ਦੀ ਮਹਾਨ ਕੋਸ਼ਿਸ਼ ਕੀਤੀ। ਧਰਮ ਮੰਦਰ, ਧਾਰਮਿਕ ਗ੍ਰੰਥ ਤੇ ਧਾਰਮਿਕ ਉਪਦੇਸ਼ ਰਾਹੀਂ ਨਿਰੰਤਰ ਕੋਸ਼ਿਸ਼ ਜਾਰੀ ਹੈ, ਪਰ ਯੁੱਗ ਕਲਯੁਗ ਆ ਗਿਆ। ਜਦ ਸੱਚ ਬਹੁਤਾ ਹੋਵੇ ਤੇ ਝੂਠ ਲੇਸ ਮਾਤਰ, ਭਾਵ ਝੂਠ ਬਹੁਤ ਥੋੜਾ ਹੋਵੇ, ਤਾਂ ਐਸੇ ਸਮੇਂ ਨੂੰ ਸਤਯੁਗ ਆਖਿਆ ਗਿਆ। ਪਰ ਅੱਜ ਇਹ ਯੁੱਗ ਸੁਪਨਾ ਹੈ, ਕਿਉਂਕਿ ਜੀਵਨ ਵਿੱਚ ਝੂਠ ਹੀ ਝੂਠ ਹੈ, ਸੱਚ ਸੁਪਨਾ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਚਾਰ ਯੁੱਗਾਂ ਦੀ ਵਿਆਖਿਆ ਇੰਜ ਕੀਤੀ ਹੈ। ਜਦ ਜੀਵਨ ਦਾ ਮਨੋਰਥ ਧਰਮ ਹੋਵੇ, ਨਿਸ਼ਾਨਾ ਮੰਜ਼ਿਲ ਧਰਮ ਹੋਵੇ, ਪ੍ਰਾਪਤੀ ਦਾ ਸਾਧਨ ਕੋਲ ਸੰਤੋਖ ਹੋਵੇ, ਤਾਂ ਸਤਯੁਗ ਦਾ ਜਨਮ ਹੁੰਦਾ ਹੈ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾਹ। ਜਦ ਜੀਵਨ ਮਨੋਰਥ ਜ਼ੋਰ ਦੀ ਪ੍ਰਾਪਤੀ ਹੋਵੇ, ਤਾਕਤ ਪ੍ਰਾਪਤੀ ਹੀ ਨਿਸ਼ਾਨਾ ਹੋਵੇ, ਤੇ ਪ੍ਰਾਪਤੀ ਦਾ ਸਾਧਨ ਜਤ ਹੋਵੇ, ਤਾਂ ਯੁੱਗ ਤ੍ਰੇਤਾ ਹੋਇਆ। ਤ੍ਰੇਤਾ ਰਥ ਜਤੇ ਕਾ ਜ਼ੋਰ ਅਗੇ ਰਥਵਾਹ। ਪਰ ਜੀਵਨ ਦਾ ਲਕਸ਼ ਸਤ ਭਾਵ ਉੱਚਾ ਆਚਰਣ ਹੋਵੇ, ਤਾਂ ਫਿਰ ਸਾਧਨ ਤਪ ਹੈ। ਦੁਆਪਰ ਰਥ ਤਪੈ ਕਾ ਸਤ ਅਗੇ ਰਥਵਾਹ। ਜੇਕਰ ਜੀਵਨ ਦਾ ਨਿਸ਼ਾਨਾ ਕੂੜ ਹੋਵੇ, ਮਾਇਆ ਹੋਵੇ, ਤਾਂ ਪ੍ਰਾਪਤੀ ਦਾ ਸਾਧਨ ਤ੍ਰਿਸ਼ਨ ਹੋਵੇਗਾ, ਤੇ ਕਲਯੁਗ ਦਾ ਜਨਮ ਹੁੰਦਾ ਹੈ। ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾਹ। ਇਹ ਐਸਾ ਕੀ ਵਾਰ ਵਿੱਚ ਹੈ? ਕਿਉਂਕਿ ਅੱਜ ਜੀਵਨ ਦੀ ਮੰਜ਼ਿਲ ਕੂੜ ਹੈ, ਨਿਸ਼ਾਨਾ ਮਾਇਆ ਤੱਕ ਪਹੁੰਚਣਾ ਹੈ। ਇਸ ਤਰ੍ਹਾਂ ਤ੍ਰਿਸ਼ਨਾ ਭਿਅੰਕਰ ਰੂਪ ਵਿੱਚ ਛਾਈ ਹੋਈ ਹੈ। ਤ੍ਰਿਸ਼ਨਾ ਤੇ ਕੂੜ ਨਾਲ ਸਾਰੇ ਪਾਪ, ਸਾਰੇ ਕਲੇਸ਼, ਸੰਤਾਪ ਜੁੜੇ ਹੋਏ ਨੇ। ਇਸ ਵਾਸਤੇ ਅੱਜ ਦਾ ਮਾਹੌਲ ਕਲਯੁਗ ਹੈ। ਤ੍ਰਿਸ਼ਨਾ ਦੀ ਅੱਗ ਨੇ ਮਨੁੱਖੀ ਜੀਵਨ ਦੀ ਗੁਲਜ਼ਾਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੈ, ਕੋਈ ਹਰਿਓ ਬੂਟ ਰਹੀ ਓਰੀ। ਕਿਜ ਨਾ ਬੁੱਝੇ ਕਿਜ ਨਾ ਸੁੱਝੈ, ਦੁਨੀਆ ਗੁੱਜੀ ਭਾਹ, ਸਾਈ ਮੇਰਾ ਚੰਗਾ ਕੀਤਾ, ਨਾਹੀ ਤਾਂ ਹਮ ਵੀ ਦੱਜਾਂ ਆਹ। ਇਸ ਕੂੜ ਦੀ ਅੱਗ ਤੋਂ ਮਨੁੱਖ ਨੂੰ ਕਿਸ ਤਰ੍ਹਾਂ ਬਚਾਈਏ? ਇਸ ਵਿਸ਼ੇ ਤੇ ਚਿੰਤਕ ਲੋਕਾਂ ਨੇ ਵੱਖ ਵੱਖ ਦਲੀਲਾਂ ਦਿੱਤੀਆਂ ਹਨ। ਇੱਕ ਸੁਪਨੇ ਨੂੰ ਸਾਕਾਰ ਕਰਨ ਲਈ ਗੁਰੂ ਘਰਾਂ ਵਿੱਚ ਕੋਸ਼ਿਸ਼ ਹੈ। ਅਰਦਾਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੇ ਰਹੇ ਨਾ ਕੋਈ। ਜੇ ਰਾਜ ਸੱਤਾ ਸਤਵਾਦੀ ਕੋਲ ਹੋਵੇ, ਤਾਂ ਸਤਯੁਗ ਦਾ ਜਨਮ ਹੋ ਸਕਦਾ ਹੈ। ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਵੇਖਣ ਵਿੱਚ ਆਇਆ ਹੈ, ਜਿਸ ਕੋਲ ਸੱਤਾ ਹੈ, ਰਾਜ ਹੈ, ਉਸ ਕੋਲ ਸੱਤ ਨਹੀਂ ਹੈ, ਅਤੇ ਜਿਸ ਕੋਲ ਸੱਤ ਹੈ, ਉਸ ਕੋਲ ਰਾਜ ਨਹੀਂ ਹੈ। ਜੇਕਰ ਸੱਤਾਧਾਰੀ ਕੋਲ ਸੱਤ ਨਾ ਹੋਵੇ ਤਾਂ ਭ੍ਰਿਸ਼ਟ ਹੋ ਜਾਵੇਗਾ। ਅਕਸਰ ਸੱਤਾ ਦੇ ਮਿਲਦੇ ਹੀ ਮਨੁੱਖ ਭ੍ਰਿਸ਼ਟ ਹੋ ਜਾਂਦੇ ਹਨ। ਸ਼ਰਾਫਤ, ਇਨਸਾਫ ਦੀਆਂ ਗੱਲਾਂ ਉਤਨੇ ਤੱਕ ਹੀ ਹਨ ਜਿਤਨੇ ਤੱਕ ਕੋਲ ਸੱਤਾ ਨਹੀਂ। ਸੱਤਾ ਮਿਲੀ ਤਾਂ ਇੱਕ ਭ੍ਰਿਸ਼ਟ ਜ਼ਿਹਨੀਅਤ ਨੂੰ ਜਨਮ ਦੇ ਦਿੰਦੀ ਹੈ। ਸੱਤਾਧਾਰੀ ਜੇਕਰ ਭ੍ਰਿਸ਼ਟ ਹੋ ਗਿਆ ਤਾਂ ਸਮਾਜ ਭ੍ਰਿਸ਼ਟ ਹੋ ਜਾਂਦਾ ਹੈ, ਅਤੇ ਜਦ ਸਮਾਜ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਸਤਯੁਗ ਇੱਕ ਸੁਪਨਾ ਹੀ ਰਹਿ ਜਾਂਦਾ ਹੈ। ਕਲਯੁਗ ਪੂਰੇ ਕਲੇਸ਼ ਨਾਲ ਵਿਰਾਜਮਾਨ ਹੋ ਜਾਂਦਾ ਹੈ। ਸੋ ਇਹ ਸੀ ਇੱਕ ਛੋਟਾ ਜਿਹਾ ਲੇਖ ਜੋ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਹੋਰਾਂ ਨੇ ਲਿਖਿਆ ਸੀ। ਇਹ ਪੂਰੀ ਦੀ ਪੂਰੀ ਕਿਤਾਬ ਪੜ੍ਹਨ ਵਾਲੀ ਹੈ, ਬੜੇ ਸੋਹਣੇ ਸੋਹਣੇ ਲੇਖ ਨੇ ਇਸ ਵਿੱਚ। ਤੁਸੀਂ ਇਸ ਨੂੰ ਫ੍ਰੀ ਵਿੱਚ ਵੀ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ, ਮੈਂ ਤੁਹਾਨੂੰ ਲਿੰਕ ਵੀ ਦੇ ਦਾਂਗਾ, ਅਤੇ ਬਾਜ਼ਾਰੋਂ ਵੀ ਤੁਸੀਂ ਖਰੀਦ ਕੇ ਪੜ੍ਹ ਸਕਦੇ ਹੋ। ਸੋ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।